ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿਡਨੀ ਸ਼ਹਿਰ ਦੇ ਇੱਕ ਸਕੂਲ ਵਿੱਚ ਹੋਏ ਵਾਰਦਾਤ ਤੋਂ ਬਾਅਦ, ਜਿਸ ਵਿੱਚ ਇੱਕ ਸਿੱਖ ਬੱਚੇ ਨੂੰ ਨਸਲੀ ਤੌਰ ਤੇ ਕਿਸੇ ਹੋਰ ਕਮਿਊਨਿਟੀ ਦੇ ਬੱਚੇ ਵੱਲੋਂ ਅਟੈਕ ਕੀਤਾ ਗਿਆ ਸੀ, ਤੇ ਉਸ ਦੇ ਵਿੱਚ ਸਿੱਖ ਬੱਚੇ ਵੱਲੋਂ ਅਲੈਜਡਲੀ ਕਿਰਪਾਨ ਵਰਤੀ ਜਾਣ ਕਰਕੇ ਉਹ ਮਸਲਾ ਜਿਹੜਾ ਕਾਫੀ ਭੱਖ ਚੁੱਕਿਆ ਹੈ। ਤੇ ਤਕਰੀਬਨ ਇੱਥੇ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਤੇ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ, ਉਹਨਾਂ ਨੇ ਕੱਲ ਮੀਡੀਆ ਦੇ ਰਿਐਕਸ਼ਨ ਤੋਂ ਬਾਅਦ 10-15 ਦਿਨਾਂ ਬਾਅਦ ਇੱਕ ਇਹ ਅਣਸੋਚਿਆ ਅਣਮਿਥਿਆ ਸਮੇਂ ਦਾ ਬੈਨ ਲਾ ਦਿੱਤਾ ਹੈ, ਜਿਹੜਾ ਕਿ ਟੈਂਪਰੀ ਬੈਨ ਦੱਸਿਆ ਜਾ ਰਿਹਾ ਹੈ। ਟਰਬਨ ਫੋਰਸਟ ਟੀਮ ਤੇ ਸਮੂਹ ਸਿੱਖ ਜਥੇਬੰਦੀਆਂ ਇਸ ਉੱਤੇ ਪਰ ਜ਼ੋਰ ਮਿਹਨਤ ਕਰਕੇ ਕੰਮ ਕਰ ਰਹੀਆਂ ਹਨ, ਤੇ ਅਸੀਂ ਉਮੀਦ ਕਰਦੇ ਹਾਂ ਵੀ ਵਿਸ਼ਵ ਭਰ ਵਿੱਚ ਸਿੱਖ ਸੰਗਤਾਂ ਸਾਡਾ ਸਹਿਯੋਗ ਦੇਣਗੀਆਂ ਤੇ ਅਰਦਾਸ ਕਰਨਗੀਆਂ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ ਤੇ ਇਹ ਜੋ ਬੈਨ ਆ ਅਸੀਂ ਇਸ ਨੂੰ ਲਿਫਟ ਕਰ ਸਕੀਏ। ਸਾਨੂੰ ਸਾਰਿਆਂ ਨੂੰ ਤੁਹਾਡੀ ਹੈਲਪ ਦੀ ਲੋੜ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿਡਨੀ ਸ਼ਹਿਰ ਦੇ ਇੱਕ ਸਕੂਲ ਵਿੱਚ ਹੋਏ ਵਾਰਦਾਤ ਤੋਂ ਬਾਅਦ, ਜਿਸ ਵਿੱਚ ਇੱਕ ਸਿੱਖ ਬੱਚੇ ਨੂੰ ਨਸਲੀ ਤੌਰ ਤੇ ਕਿਸੇ ਹੋਰ ਕਮਿਊਨਿਟੀ ਦੇ ਬੱਚੇ ਵੱਲੋਂ ਅਟੈਕ ਕੀਤਾ ਗਿਆ ਸੀ, ਤੇ ਉਸ ਦੇ ਵਿੱਚ ਸਿੱਖ ਬੱਚੇ ਵੱਲੋਂ ਅਲੈਜਡਲੀ ਕਿਰਪਾਨ ਵਰਤੀ ਜਾਣ ਕਰਕੇ ਉਹ ਮਸਲਾ ਜਿਹੜਾ ਕਾਫੀ ਭੱਖ ਚੁੱਕਿਆ ਹੈ। ਤੇ ਤਕਰੀਬਨ ਇੱਥੇ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਤੇ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ, ਉਹਨਾਂ ਨੇ ਕੱਲ ਮੀਡੀਆ ਦੇ ਰਿਐਕਸ਼ਨ ਤੋਂ ਬਾਅਦ 10-15 ਦਿਨਾਂ ਬਾਅਦ ਇੱਕ ਇਹ ਅਣਸੋਚਿਆ ਅਣਮਿਥਿਆ ਸਮੇਂ ਦਾ ਬੈਨ ਲਾ ਦਿੱਤਾ ਹੈ, ਜਿਹੜਾ ਕਿ ਟੈਂਪਰੀ ਬੈਨ ਦੱਸਿਆ ਜਾ ਰਿਹਾ ਹੈ। ਟਰਬਨ ਫੋਰਸਟ ਟੀਮ ਤੇ ਸਮੂਹ ਸਿੱਖ ਜਥੇਬੰਦੀਆਂ ਇਸ ਉੱਤੇ ਪਰ ਜ਼ੋਰ ਮਿਹਨਤ ਕਰਕੇ ਕੰਮ ਕਰ ਰਹੀਆਂ ਹਨ, ਤੇ ਅਸੀਂ ਉਮੀਦ ਕਰਦੇ ਹਾਂ ਵੀ ਵਿਸ਼ਵ ਭਰ ਵਿੱਚ ਸਿੱਖ ਸੰਗਤਾਂ ਸਾਡਾ ਸਹਿਯੋਗ ਦੇਣਗੀਆਂ ਤੇ ਅਰਦਾਸ ਕਰਨਗੀਆਂ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ ਤੇ ਇਹ ਜੋ ਬੈਨ ਆ ਅਸੀਂ ਇਸ ਨੂੰ ਲਿਫਟ ਕਰ ਸਕੀਏ। ਸਾਨੂੰ ਸਾਰਿਆਂ ਨੂੰ ਤੁਹਾਡੀ ਹੈਲਪ ਦੀ ਲੋੜ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।